ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ ਇਸ ਡਿਜ਼ਾਇਨ ਨੂੰ ਤੁਸੀਂ ਲੇਡੀਜ਼ ਜੈਂਟਸ ਔਰ ਬੱਚੋਂ ਦੇ ਸਵੈਟਰ ਵਿੱਚ ਪਾ ਸਕਦੇ ਹੋ ਇਹ ਡਿਜ਼ਾਇਨ ਦੀ ਸਿੱਧੀ ਸਾਈਡ ਹੈ ਇਹ ਵਾਲੀ ਉਲਟੀ ਸਾਈਡ ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ ਦੋ ਕੁੰਡੇ ਬਾਅਦ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ 'ਚ ਜਿਸ ਤਰ੍ਹਾਂ ਪਹਿਲੀ ਸਿਲਾਈ ਉਰੋਂ ਬਣਾਈ ਉਹ ਪਹਿਲੀ ਸਿਲਾਈ ਮੈਂ ਇੱਥੋਂ ਬਣਾਉਣੀ ਦੱਸੂੰਗੀ ਚਲੋ ਜੀ ਸ਼ੁਰੂ ਕਰਦੇ ਹਾਂ ਡਿਜ਼ਾਇਨ ਬਣਾਉਣਾ ਪਹਿਲੀ ਸਿਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਧਾਗਾ ਆਪਣੀ ਸਾਈਡ ਆਪਣੇ ਵੱਲ ਧਾਗਾ ਰੱਖ ਕੇ ਪੂਰੀ ਸਿਲਾਈ ਉਲਟੀ ਉਲਟੀ ਬੁਣ ਕੇ ਕੰਪਲੀਟ ਕਰਾਂਗੇ ਲਾਸਟ ਦਾ ਕੁੰਡਾ ਦੂਜੀ ਸਾਈਡ ਤੱਕ ਕਰਕੇ ਸਿੱਧਾ ਬਣਾਏ ਦੋ ਤਰੀ ਸਿਲਾਈ ਉਲਟੀ ਸਾਈਡ ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ ਸਾਰੀ ਸਿਲਾਈ ਉਲਟੀ ਬੁਣਾਂਗੇ ਡਬਲ ਬਲ ਪਾ ਕੇ ਦੇਖੋ ਇਸ ਤਰ੍ਹਾਂ ਇੱਕ ਦੋ ਦੂਸਰੀ ਸਿਲਾਈ ਉਲਟੀ ਬੁਣਾਂਗੇ ਅਤੇ ਡਬਲ ਬਲ ਪਾ ਕੇ ਬਣਾਂਗੇ ਤੀਸਰੀ ਸਿਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਧਾਗਾ ਆਪਣੀ ਸਾਈਡ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ ਦੇਖੋ ਇਸ ਤਰ੍ਹਾਂ ਅਤੇ ਵਾਪਸ ਇਸੇ ਸਿਲਾਈ 'ਚ ਲਵਾਂਗੇ ਤਿੰਨਾਂ ਕੁੰਡਿਆਂ ਨੂੰ ਪਹਿਲਾਂ ਉਲਟਾ ਬਣਾਂਗੇ ਇਕੱਠਾ ਫਿਰ ਧਾਗਾ ਦੂਸਰੀ ਸਾਈਡ ਇਹਨਾਂ ਤਿੰਨਾਂ ਕੁੰਡਿਆਂ ਨੂੰ ਸਿੱਧਾ ਬਣਾਉਂਗੇ ਫਿਰ ਧਾਗਾ ਆਪਣੀ ਸਾਈਡ ਇਹਨਾਂ ਤਿੰਨਾਂ ਕੁੰਡਿਆਂ ਨੂੰ ਉਲਟਾ ਬਣਾਉਂਗੇ ਯਾਨੀ ਇਹਨਾਂ ਤਿੰਨਾਂ ਕੁੰਡਿਆਂ ਤੋਂ ਇਹ ਤਿੰਨ ਕੁੰਡੇ ਆਪਾਂ ਨੇ ਦੁਬਾਰਾ ਬਣਾਉਣੇ ਇਹ ਤਿੰਨ ਕੁੰਡਿਆਂ ਨੂੰ ਵਾਰ ਵਾਰ ਰਿਪੀਟ ਕਰਾਂਗੇ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਪਹਿਲਾ ਕੁੰਡਾ ਉਲਟਾ ਦੂਸਰਾ ਸਿੱਧਾ ਤੀਸਰਾ ਉਲਟਾ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ ਪਹਿਲਾ ਕੁੰਡਾ ਉਲਟਾ ਦੂਸਰਾ ਕੁੰਡਾ ਸਿੱਧਾ ਤੀਸਰਾ ਕੁੰਡਾ ਉਲਟਾ ਅੱਗੇ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ ਪਹਿਲਾ ਕੁੰਡਾ ਉਲਟਾ ਬਣਾਵਾਂਗੇ ਦੂਸਰਾ ਕੁੰਡਾ ਸਿੱਧਾ ਤੀਸਰਾ ਕੁੰਡਾ ਉਲਟਾ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ ਪਹਿਲਾ ਕੁੰਡਾ ਉਲਟਾ ਬਣਾਵਾਂਗੇ ਦੂਸਰਾ ਸਿੱਧਾ ਤੀਸਰਾ ਉਲਟਾ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ ਪਹਿਲਾ ਕੁੰਡਾ ਉਲਟਾ ਦੂਸਰਾ ਕੁੰਡਾ ਸਿੱਧਾ ਅਤੇ ਤੀਸਰਾ ਕੁੰਡਾ ਉਲਟਾ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ ਤਿੰਨਾਂ ਕੁੰਡਿਆਂ ਤੋਂ ਪਹਿਲਾ ਕੁੰਡਾ ਉਲਟਾ ਦੂਸਰਾ ਸਿੱਧਾ ਤੀਸਰਾ ਉਲਟਾ ਅਗਲੇ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ ਤਿੰਨਾਂ ਕੁੰਡਿਆਂ ਤੋਂ ਪਹਿਲਾ ਕੁੰਡਾ ਉਲਟਾ ਬਣਾਵਾਂਗੇ ਦੂਸਰਾ ਕੁੰਡਾ ਸਿੱਧਾ ਤੀਸਰਾ ਕੁੰਡਾ ਉਲਟਾ ਅਗਲੇ ਤਿੰਨ ਕੁੰਡਿਆਂ ਦੇ ਵਲ ਖੋਲਾਂਗੇ
पहला कुंडा उल्टा, दूसरा कुंडा सीधा, तीसरा कुंडा उल्टा, तो लास्ट का कुंडा सीधा बना। तीन सिलाइया डिजाइन कंप्लीट हुई, चौथी सिलाई उल्टी साइड। पहला कुंडा इस तरह ही उतारांगे, तो पूरी सिलाई अपने वल धागा रख के उल्टी उल्टी बुन के कंप्लीट करांगे। चार सिलाइया के अपना डिजाइन जिहड़ा बन के कंप्लीट हो गया। ये चार सिलाइया बार बार रिपीट करते जाओ, तो एक शानदार डिजाइन तैयार करते जाओ। चैनल सबसक्राइब जरूर करो, वीडियो लाइक शेयर तो कमेंट जरूर करो। थैंक यू।